हुण बाबू बुआ दास दा ए हाल सी, ओ अपने आप गुरु दा नौकर समझदे सी। सत्संगियां दी सेवा करना ही उन्हां दी सरकारी ड्यूटी बन गई सी। जे कोई सत्संगी रात नूं गड्डी तों उतरदा तां उहनूं अपने घर लै जांदा, उहदे खाण पीण दा प्रबंध करदे, सत्संग ते जांदे होए कदे किसे दी गड्डी चुक लैंदे, कदे किसे दा बच्चा चुक लैंदे। गर्मियों के दिनों में स्टेशन उत्ते दोवें पासे ठंडे पानी के शरबत की छबील ला देंदे, अपनी तनखाह का चोखा हिस्सा साध संगत की सेवा विच खर्च कर देंदे। तुम दाते ठाकुर प्रित पालक नायक। एक बार उन्होंने परिवार के जी ने आके हजूर महाराज जी की सेवा विच शिकायत की, ता हजूर ने जवाब देंदे हुए परमार्थ विच खर्च करन नाल धन घटदा नहीं सगों वधदा है। इहदे ही कुछ दिनां पिछों उसका पुत्र भी स्टेशन मास्टर लग गया। बाबूआ दास जी दे जीवन का एक छोटा जिहा बिरतान होर दे के इस साखी नूं समाप्त करदा हां। शायद दूजे महायुद्ध के दिन सन जां बाद विच किसी होर कारण मिट्टी के तेल की बड़ी कमी हो गई। डिप्टी कमिश्नर दे परमिट तो बिना किसी नूं भी तेल नहीं सी मिलदा। ओ भी एक परिवार नूं एक महीने वास्ते कुछ बोतलां ही मिलदियां सन। इधर डेरे विच बाबा जी महाराज दे भंडारे दा समां आ गया ते उधर तेल मिल गया। तू मेरा पिता, तू है मेरा माता। बिजली तां उन्हां दिनां विच है ही नहीं सी। आदमी अमृतसर तो भी हो आया कि डिप्टी कमिश्नर ने केवल एक टीन तेल देना मन्या है। सत्संग दे प्रबंध बड़ी दुविधा विच सन। 20 तो 25 हज़ार संगत वास्ते चानण का प्रबंध किवें कीता जाए, उन्होंने हनेरे विच भोजन किवें करवाया जाए, उन्होंने रहण वालियां थावां सड़कां ते चौंकां विच रोशनी किवें होवेगी। जद बाऊ बुआ दास नूं इस औकड़ का पता लगा ਤਾਂ ਉਹਨੇ ਪੁੱਛਿਆ ਕਿ ਭੰਡਾਰੇ ਦੇ ਦਿਨ ਵਿੱਚ ਤੇਲ ਕਿੰਨੇ ਟੀਨਾਂ ਦੀ ਲੋੜ ਪਵੇਗੀ। ਭੰਡਾਰੀ ਨੇ ਦੱਸਿਆ ਕਿ 12 ਟੀਨ ਤੇਲ ਮਿਲ ਜਾਣ ਤਾਂ ਥੋੜਾ ਬਹੁਤ ਗੁਜ਼ਾਰਾ ਹੋ ਜਾਏਗਾ, ਕਮਰਿਆਂ ਵਿੱਚ ਜਗਾਉਣ ਲਈ ਮੋਮਬੱਤੀਆਂ ਮੰਗਵਾ ਲਵਾਂਗੇ। ਸਟੇਸ਼ਨ ਮਾਸਟਰ ਦੇ ਭੰਡਾਰੇ ਵਿੱਚ ਸਟੇਸ਼ਨ ਦੀਆਂ ਲਾਈਟਾਂ ਵਾਸਤੇ ਤੇਲ ਦੇ 6 ਟੀਨ ਪਏ ਹੋਏ ਸਨ। ਬੂਆ ਦਾਸ ਨੇ ਦੂਜੇ ਦਿਨ ਢਿਲਮਾ ਹਮੀਰਾ ਕਰਤਾਰਪੁਰ ਤੇ ਬੁਟਾਰੀ ਦੇ ਸਟੇਸ਼ਨ ਮਾਸਟਰਾਂ ਕੋਲੋਂ ਕੁਝ ਸਮੇਂ ਲਈ 8 ਟੀਨ ਉਧਾਰੇ ਮੰਗ ਲਏ। ਇਸ ਤਰ੍ਹਾਂ 14 ਟੀਨ ਤੇਲ ਦੇ ਡੇਰੇ ਪਹੁੰਚਾ ਦਿੱਤੇ। ਮੈਲੇ ਤੁਮ ਪੂਜਲ ਕਰਤੇ। ਭੰਡਾਰਾ ਤਾਂ ਬੜੇ ਆਰਾਮ ਨਾਲ ਲੰਘ ਗਿਆ, ਪਰ ਗੱਲ ਬੜੀ ਖਿਲਰ ਗਈ। ਕਰਤਾਰਪੁਰ ਦੇ ਕਿਸੇ ਬਾਬੂ ਨੇ ਗੁਪਤ ਪੱਤਰ ਰਾਹੀਂ ਇਸ ਗੱਲ ਦੀ ਸੂਚਨਾ ਵੱਡੇ ਅਫਸਰ ਨੂੰ ਦੇ ਦਿੱਤੀ। ਇਸ ਤਰ੍ਹਾਂ ਸਟੋਰ ਦੀ ਪੜਤਾਲ ਕਰਨ ਵਾਸਤੇ ਇੰਸਪੈਕਟਰ ਆ ਗਿਆ। ਹੁਣ ਬਾਬੂ ਬੂਆ ਦਾਸ ਕੋਲ ਇਹਨਾਂ ਸਟੇਸ਼ਨ ਮਾਸਟਰਾਂ ਦੇ ਟੈਲੀਫੋਨ ਆਉਣ ਲੱਗੇ ਤੇ ਕਿਸੇ ਸਟੇਸ਼ਨ ਮਾਸਟਰ ਦਾ ਪੱਤਰ ਭੇਜਿਆ ਆਇਆ, ਛੇਤੀ ਟੀਨ ਵਾਪਸ ਕਰੋ ਜਾਂ ਕੋਈ ਹੋਰ ਪ੍ਰਬੰਧ ਕਰੋ, ਨਹੀਂ ਤਾਂ ਸਾਰੇ ਹੀ ਫੜੇ ਜਾਵਾਂਗੇ ਤਾਂ ਕੈਦ ਹੋ ਜਾਵੇਗੀ। ਹੁਣ ਬਾਬੂ ਬੂਆ ਦਾਸ ਕੋਲ ਭੱਜ ਕੇ ਗੁਰੂ ਚਰਨਾਂ ਵਿੱਚ ਆਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਜਦ ਉਹਨਾਂ ਡੇਰੇ ਆ ਕੇ ਸਾਰੀ ਗੱਲ ਹਜ਼ੂਰ ਨੂੰ ਦੱਸੀ ਤਾਂ ਮਹਾਰਾਜ ਜੀ ਬੜੇ ਨਾਰਾਜ਼ ਹੋਏ। ਫਰਮਾਇਆ, ਸਰਕਾਰੀ ਚੋਰੀ ਕਰਕੇ ਚੀਜ਼ਾਂ ਲਿਆਉਣਾ ਕਿੱਧਰ ਦੀ ਅਕਲਮੰਦੀ ਹੈ? ਤੁਸੀਂ ਡੇਰੇ ਨੂੰ ਵੀ ਬਦਨਾਮ ਕਰਦੇ ਹੋ ਤੇ ਆਪ ਵੀ ਬਿਪਤਾ 'ਚ ਫਸਦੇ ਹੋ। ਹੁਣ ਇਸ ਮਾਮਲੇ ਵਿੱਚ ਕੀ ਹੋ ਸਕਦਾ ਹੈ? ਜਾਓ, ਜਿਵੇਂ ਵੀ ਹੋ ਸਕੇ ਪ੍ਰਬੰਧ ਕਰੋ। ਕਿਰਪਾ ਕਰੋ ਵਿਚਾਰਾ ਬਾਬੂ ਕੀ ਪ੍ਰਬੰਧ ਕਰਦਾ, ਮਿੱਟੀ ਦਾ ਤੇਲ ਤਾਂ ਕਿਤੇ ਮਿਲਦਾ ਹੀ ਨਹੀਂ। ਦੂਜੇ ਸਟੇਸ਼ਨਾਂ ਵਾਲੇ ਗਾਲਾਂ ਦੇ ਰਹੇ ਹਨ, ਕਿਸ ਭਲੇ ਮਾਨਸ ਨੇ ਸਾਨੂੰ ਚੰਗਾ ਫਸਾਇਆ। ਖੈਰ,
ਜਦੋਂ ਬਾਊ ਬੂਆ ਦਾਸ ਜੀ ਵਾਪਸ ਸਟੇਸ਼ਨ ਤੇ ਪਹੁੰਚੇ ਤਾਂ ਅੱਗੇ ਇੰਸਪੈਕਟਰ ਬੈਠਾ ਹੋਇਆ ਸੀ। ਉਹ ਦੂਜੇ ਸਟੇਸ਼ਨਾਂ ਦੇ ਸਟੋਰਾਂ ਦੀ ਪੜਤਾਲ ਕਰ ਆਇਆ ਸੀ। ਬੂਆ ਦਾਸ ਨੂੰ ਦੇਖ ਕੇ ਕਹਿਣ ਲੱਗਾ, ਕਿਸ ਬਦਮਾਸ਼ ਨੇ ਝੂਠੀ ਖਬਰ ਦੇ ਕੇ ਮੈਨੂੰ ਖਾਮ ਖਾ ਪਰੇਸ਼ਾਨ ਕੀਤਾ। ਸਾਰੇ ਸਟੇਸ਼ਨਾਂ ਦਾ ਸਟਾਕ ਪੂਰਾ ਨਿਕਲਿਆ। ਬੂਆ ਦਾਸ ਨੇ ਸੋਚਿਆ ਤੇ ਵਿਚਾਰਿਆ, ਇਧਰੋਂ ਉਧਰੋਂ ਯਤਨ ਕਰਕੇ ਤੇਲ ਪੂਰਾ ਕਰ ਲਿਆ ਜਾਵੇਗਾ। ਉਹਨਾਂ ਨੇ ਇੰਸਪੈਕਟਰ ਨੂੰ ਕਿਹਾ, ਸਾਹਿਬ ਮੇਰੇ ਸਟਾਕ ਵਿੱਚ ਤਾਂ 6 ਟੀਨ ਘੱਟ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ।